ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਆਪਣਾ ਚੈਨਲ ਦਾ ਨਾਮ ਪਰਫੋਰਮੈਂਸ ਹੈ ਜੀ, ਸ਼ੇਅਰ ਕਰਿਓ ਅਤੇ ਦੱਬ ਕੇ ਸਬਸਕ੍ਰਾਈਬ ਕਰਨਾ। ਗੱਲ ਕਰਨ ਜਾ ਰਹੇ ਹਾਂ ਅੱਜ ਆਪਾਂ ਪਿਆਰ ਦੀ, ਵੀ ਜੇ ਇਨਸਾਨ ਨੂੰ ਜਦੋਂ ਕਿਸੇ ਨਾਲ ਪਿਆਰ ਹੁੰਦਾ ਤਾਂ ਉਹ ਸਭ ਤੋਂ ਪਹਿਲਾਂ ਗੱਲ ਹੀ ਰੱਬ ਦੇ ਨਾਲ ਕਰਦਾ ਵੀ ਮੈਨੂੰ ਇਸ ਇਨਸਾਨ ਦੇ ਨਾਲ ਪਿਆਰ ਹੋਇਆ। ਅਤੇ ਜਦੋਂ ਉਹੀ ਪਿਆਰ ਤੋਂ ਪਿਆਰ ਵਿਛੜ ਜਾਵੇ, ਸਭ ਤੋਂ ਜ਼ਿਆਦਾ ਲੜਾਈਆਂ ਵੀ ਰੱਬ ਦੇ ਨਾਲ ਕੀਤੀਆਂ ਜਾਂਦੀਆਂ। ਸੋ ਅੱਜ ਗੱਲ ਕਰਨ ਜਾ ਰਹੇ ਹਾਂ ਵੀ ਰੱਬ ਦੇ ਨਾਲ ਲੜਾਈ ਦੀ। ਗੱਲ ਇਸ ਤਰ੍ਹਾਂ ਵੀ ਧਰਤੀ ਤੋਂ ਲੈ ਕੇ ਪਰਬਤ ਤੱਕ ਮੈਂ ਵਹਿੰਦਾ ਹਾਂ ਅਤੇ ਪਰਬਤ ਤੋਂ ਜਾ ਅਸਮਾਨ 'ਚ ਕਿਤੇ ਮੈਂ ਵਹਿੰਦਾ ਹਾਂ, ਸੁਣਦਾ ਕਿਉਂ ਨਹੀਂ ਮੇਰੀ ਕਿੱਥੇ ਤੂੰ ਰਹਿੰਦਾ ਹਾਂ, ਸੁਣਦਾ ਕਿਉਂ ਨਹੀਂ ਮੇਰੀ ਕਿੱਥੇ ਤੂੰ ਰਹਿੰਦਾ, ਮੇਰੇ ਇਸ਼ਕ ਦਾ ਸੌਦਾ ਕਿਉਂ ਤੂੰ ਸਹੀ ਤਰ੍ਹਾਂ ਤੋਲਦਾ ਨਹੀਂ, ਸਭ ਦੀ ਸੁਣਦਾ ਹੈ ਕਿਉਂ ਮੇਰੇ ਨਾਲ ਬੋਲਦਾ ਨਹੀਂ, ਪਿਆਰ ਦਾ ਇਜ਼ਹਾਰ ਵੀ ਤੂੰ ਹੀ ਮੇਰੇ ਕੋਲੋਂ ਕਰਵਾਇਆ ਸੀ, ਰਾਤਾਂ ਨੂੰ ਜਗਾ ਜਗਾ ਮੇਰਾ ਸੁੱਤਾ ਇਸ਼ਕ ਜਗਾਇਆ ਸੀ, ਮੱਸਿਆ ਦੇ ਚੰਨ ਵਰਗਾ ਸੋਹਣਾ ਮਹਿਬੂਬ ਮੇਰੀ ਝੋਲੀ ਪਾਇਆ ਸੀ, ਤੇਰੀ ਦਿੱਤੀ ਹੋਈ ਸੌਗਾਤ ਨੂੰ ਮੈਂ ਸਾਹਾਂ 'ਚ ਵਸਾਈ ਬੈਠਾ ਹਾਂ, ਹਾਂ ਤੇਰੇ ਤੋਂ ਵੀ ਪਹਿਲਾਂ ਮੈਂ ਉਹਨੂੰ ਚਾਹੀ ਬੈਠਾ ਹਾਂ, ਹਾਂ ਤੇਰੇ ਤੋਂ ਵੀ ਪਹਿਲਾਂ ਮੈਂ ਉਹਨੂੰ ਚਾਹੀ ਬੈਠਾ ਹਾਂ, ਹੁਣ ਬੋਲ ਜਾ ਕੇ ਉਹਨੂੰ ਗਲਤੀ ਅਤੇ ਸਜ਼ਾ ਦੇ ਮੈਨੂੰ, ਇੱਦਾਂ ਨਾ ਦਗਾ ਦੇ ਮੈਨੂੰ, ਕਿਉਂ ਮੇਰੇ ਤੋਂ ਪਰਦਾ ਕਰ ਲੈਂਦਾ ਹੈ, ਝੋਰਾ ਮੈਨੂੰ ਇਸੇ ਗੱਲ ਦਾ ਰਹਿੰਦਾ ਹੈ। ਧਰਤੀ ਤੋਂ ਲੈ ਕੇ ਪਰਬਤ ਤੱਕ ਮੈਂ ਵਹਿੰਦਾ ਹਾਂ, ਪਰਬਤ ਤੋਂ ਲੈ ਕੇ ਅਸਮਾਨ 'ਚ ਕਿਤੇ ਜਾ ਮੈਂ ਵਹਿੰਦਾ, ਸੁਣਦਾ ਕਿਉਂ ਨਹੀਂ ਮੇਰੀ ਕਿੱਥੇ ਤੂੰ ਰਹਿੰਦਾ। ਸੋ ਥੈਂਕ ਯੂ।